ਦੀ ਗੱਲ ਕਰਦੇ ਹਾਂ ਰਣਵੀਰ ਸਿੰਘ ਦੀ। ਜੀ ਹਾਂ, ਰਣਵੀਰ ਸਿੰਘ ਦੇ ਫੈਨਸ ਲਈ ਅਸੀਂ ਗੁੱਡ ਨਿਊਜ਼ ਲੈ ਕੇ ਆਏ ਹਾਂ। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾ ਸਿਰਫ ਫਿਲਮਾਂ ਦੇ ਵਿੱਚ ਕਿਰਦਾਰਾਂ ਦੀ ਵੈਰਾਈਟੀ ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਬਲਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ। ਇਹੋ ਕਾਰਨ ਹੈ ਕਿ ਹੁਣ ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਵਾਂ ਕਰਨ ਜਾ ਰਹੇ ਨੇ। ਦੱਸ ਦਈਏ ਕਿ ਰਣਵੀਰ ਹਾਲ ਚ ਹੀ ਬੀਅਰ ਗਰਲਸ ਦੇ ਸ਼ੋਅ ਦੀ ਸ਼ੂਟਿੰਗ ਦੇ ਲਈ ਵਿਦੇਸ਼ ਰਵਾਨਾ ਹੋਏ ਹਨ। ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਰਣਵੀਰ ਹੁਣ ਤੱਕ ਸਭ ਤੋਂ ਸ਼ਕਤੀਸ਼ਾਲੀ ਕੰਮ ਕਰਦੇ ਹੋਏ ਨਜ਼ਰ ਆਉਣਗੇ। ਰਣਵੀਰ ਸਿੰਘ ਇਸ ਸ਼ੋਅ ਤੋਂ ਬ੍ਰਿਟਿਸ਼ ਐਡਵੈਂਚਰ ਬੀਅਰ ਗਰਲਸ ਦੇ ਨਾਲ ਸੀਟੀਟੀ ਪਲੇਟਫਾਰਮ ਤੇ ਧਮਾਕਾ ਕਰਨ ਜਾ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਸਿੰਘ ਇਸ ਸ਼ੋਅ ਦੇ ਵਿੱਚ ਬ੍ਰਿਟਿਸ਼ ਐਡਵੈਂਚਰ ਬੀਅਰ ਗਰਲਸ ਦੇ ਨਾਲ ਜ਼ਬਰਦਸਤ ਐਡਵੈਂਚਰ ਕਰਦੇ ਦਿਖਾਈ ਦੇਣਗੇ। ਜੇ ਸੂਤਰਾਂ ਦੀ ਮੰਨੀਏ ਤਾਂ ਇਸ ਸ਼ੋਅ ਦਾ ਪੂਰਾ ਕਨਸੈਪਟ ਬੀਅਰ ਗਰਲਸ ਦਾ ਹੀ ਹੈ ਅਤੇ ਨੈਟਫਲਿਕਸ ਦੇ ਨਾਲ ਇਸ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਰਣਵੀਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ੋਅ ਦੇ ਲਈ ਪੂਰੀ ਤਰ੍ਹਾਂ ਫਿੱਟ ਹੈ। ਦੱਸ ਦਈਏ ਕਿ ਰਣਵੀਰ ਇੱਕ ਪੂਰਬੀ ਯੂਰਪੀਅਨ ਦੇਸ਼ ਦੇ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ ਅਤੇ ਉਹ ਵੀ ਇਸ ਸ਼ੋਅ ਦੇ ਲਈ ਕਾਫੀ ਜ਼ਿਆਦਾ ਉਤਸ਼ਾਹਿਤ ਨੇ। ਉਧਰ ਦੂਜੇ ਪਾਸੇ ਦੀਪਿਕਾ ਪਾਦੂਕੋਣ ਵੀ ਲੰਬੇ ਬ੍ਰੇਕ ਤੋਂ ਬਾਅਦ ਸ਼ਾਹਰੁਖ ਖਾਨ ਦੇ ਨਾਲ ਜੌਨ ਬ੍ਰਾਹਿਮ ਪਠਾਨ ਦੀ ਸ਼ੂਟਿੰਗ ਦੇ ਵਿੱਚ ਲੱਗ ਗਏ ਹਨ ਅਤੇ ਦੱਸ ਦਈਏ ਕਿ ਫਿਲਮ ਪਠਾਨ ਤੋਂ ਇਲਾਵਾ ਵੀ ਦੀਪਿਕਾ ਦੇ ਕੋਲ ਕਬੀਰ ਖਾਨ ਦੀ ਤਰਾਸੀ, ਸਿਧਾਰਥ ਆਨੰਦ ਦੀ ਫਾਈਟਰ ਫਿਲਮ ਅਤੇ ਇਸ ਤੋਂ ਇਲਾਵਾ ਵੀ ਕਾਫੀ ਉਹਨਾਂ ਦੇ ਕੋਲ ਪ੍ਰੋਜੈਕਟ ਹਨ। ਯਾਨੀ ਇਹ ਕਿਹਾ ਜਾ ਸਕਦਾ ਹੈ ਕਿ ਦੋਨੋਂ ਜਣੇ ਹੀ ਆਪਣੇ ਆਪਣੇ ਕਿਰਦਾਰ ਦੇ ਰਾਹੀਂ ਹੁਣ ਵੱਖਰੇ ਵੱਖਰੇ ਸ਼ੋਜ਼ ਲੈ ਕੇ ਆਉਣ। ਯਾਨੀ ਇਹ ਕਿਹਾ ਜਾ ਸਕਦਾ ਕਿ ਰਣਵੀਰ ਸਿੰਘ ਵੱਖਰੇ ਤਰੀਕੇ ਦੇ ਨਾਲ ਹੁਣ ਨਜ਼ਰ ਆਉਣਗੇ ਤੇ ਦੀਪਿਕਾ ਪਾਦੂਕੋਣ ਦੁਬਾਰਾ ਤੋਂ ਆਪਣੀ ਸ਼ੂਟਿੰਗ ਸ਼ੁਰੂ ਕਰ ਰਹੇ ਨੇ। ਯਾ ਇਹ ਕਿਹਾ ਜਾ ਸਕਦਾ ਕਿ ਦੋਨੋਂ ਜਣੇ ਹੀ ਹੁਣ ਆਪਣਾ ਵੱਖਰਾ ਧਮਾਕਾ ਲੈ ਕੇ ਆਣਗੇ ਤੇ ਲੋਕਾਂ ਨੂੰ ਖੁਸ਼ ਕਰਨਗੇ।